ਜਾਰੀ ਦੀ ਗੁੱਡ ਬਾਕਸ ਲਾਇਲਸ ਦੇ ਵਿੱਚ ਤੇ ਇਹਨੂੰ ਹਾਈ ਸਟਿਕ ਦੀ ਪੈਨਲਟੀ ਲੱਗਦਾ ਮਿਲੀ ਤੇ ਵਿਚਾਰਾ ਹਜੇ ਆਪਣੀ ਢੂਈ ਦੇ ਉੱਪਰ ਦੇਖ ਰਿਹਾ ਹੁਣ ਵੀ ਕੀ ਹੋਇਆ ਕਾਫੀ ਸੱਟ ਲੱਗੀ ਹੈ ਇਹਦੀ ਵੈਸੇ ਜਸਕਰਨ ਧਾਲੀਵਾਲ ਨੇ ਸਾਨੂੰ ਸੁਣਿਆ ਭੇਜਿਆ ਕਿ ਕਹਿੰਦੇ ਮੇਰਾ ਜ਼ਿਲ੍ਹਾ ਹੈ ਲੁਧਿਆਣਾ ਅਤੇ ਸਭ ਤੋਂ ਹਰਮਨ ਪਿਆਰੀ ਟੀਮ ਹੈ ਮੇਰੀ ਟੋਰੋਂਟੋ ਮੇਪਲ ਲੀਫਸ ਅਤੇ ਕਹਿੰਦੇ ਨਾਲ ਨਾਲ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਹਾਕੀ ਪੰਜਾਬੀ ਦੀ ਭਾਸ਼ਾ ਦੇ ਵਿੱਚ ਪੇਸ਼ ਕਰ ਰਹੇ ਹਾਂ ਸੋ ਜਸਕਰਨ ਧਾਲੀਵਾਲ ਜੀ ਆਪ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ ਪਾਵਰ ਪਲੇ ਮੌਕਾ ਟੋਰੋਂਟੋ ਵਾਸਤੇ ਨਾ ਕਿ ਮੋਂਟਰੀਆਲ ਵਾਸਤੇ ਕਰ ਦਿੱਤਾ ਗੋਲ ਫਿਲ ਕੈਸਲ ਹੁਣ ਦੋ ਗੇਮਾਂ ਲਗਾਤਾਰ ਗੋਲ ਕਰ ਚੁੱਕਾ ਹੈ ਅਤੇ 4-0 ਬਣਾਤਾ ਹੈ ਸਕੋਰ ਜੇ ਤੁਸੀਂ ਸੋਚਦੇ ਸੀ ਕਿ ਸਨੋਅ ਹਟੂਗੀ ਲੱਗਦਾ ਨਹੀਂ ਕੈਸਲ ਨੇ ਦੁਬਾਰਾ ਗੋਲ ਕਰ ਦਿੱਤਾ ਅਤੇ ਹੁਣ ਤਾਂ ਪੂਰੀ ਤਰ੍ਹਾਂ ਪੱਤਰਕਾਰ ਚੁੱਪ ਕਰ ਦਿੱਤੇ ਮੌਕਾ ਹੀ ਸੀਗਾ ਇਹਨੂੰ ਜੋ ਮਿਲਿਆ ਅਤੇ ਦੇਖੋ ਕਿਸ ਤਰ੍ਹਾਂ ਇਹਨੇ ਪੈਸ ਦਿੱਤਾ ਡਿਫੈਂਸ ਨੂੰ ਪੈਸ ਦੇਖ ਕੇ ਤੁਸੀਂ ਦੇਖੋ ਕਿਸ ਤਰ੍ਹਾਂ ਇਹ ਨੈੱਟ ਦੇ ਕੋਲ ਆ ਕੇ ਨਿਸ਼ਾਨਾ ਕਿੰਨਾ ਵਧੀਆ ਲਾਇਆ ਬਹੁਤ ਹੀ ਬਰੀਕ ਜਗ੍ਹਾ ਸੀਗੀ ਜਿੱਥੇ ਇਹਨੇ ਗੋਲ ਕੀਤਾ ਕੈਰੀ ਪ੍ਰਾਈਸ ਦੇ ਸਟਿਕ ਸਾਈਡ 'ਤੇ 1-2 ਇੰਚ ਦਾ ਹੀ ਫਰਕ ਸੀਗਾ ਜਿੰਨੀ ਕੁ ਚੌੜੀ ਪੱਖ ਹੈਗੀ ਆ 4-5 ਇੰਚਾਂ ਦੀ ਉਨਾ ਕੀ ਜਗ੍ਹਾ ਸੀਗਾ ਕਿੰਨਾ ਵਧੀਆ ਨਿਸ਼ਾਨਾ ਲਾਇਆ ਕੈਸਲ ਨੇ ਤੁਹਾਡੇ ਹਿਸਾਬ ਨਾਲ ਕੈਰੀ ਪ੍ਰਾਈਸ ਨੂੰ ਇਹ ਨਿਸ਼ਾਨਾ ਰੋਕਣਾ ਚਾਹੀਦਾ ਸੀ ਬਹੁਤ ਹੀ ਔਖਾ ਸਵਾਲ ਹੈਗਾ ਵੈਸੇ ਰੋਕਣਾ ਵੀ ਚਾਹੀਦਾ ਸੀਗਾ ਪਰ ਕੈਰੀ ਪ੍ਰਾਈਸ ਦੀ ਮੇਰਾ ਖਿਆਲ ਪੂਰੀ ਤਰ੍ਹਾਂ ਗਲਤੀ ਨਹੀਂ ਗੀ ਇੱਥੇ ਕੈਸਲ ਨੇ ਆਪਣਾ ਹੁਨਰ ਜ਼ਿਆਦਾ ਦਿਖਾਇਆ ਮੋਂਟਰੀਆਲ ਦਾ ਜੋ ਡਿਫੈਂਸਮੈਨ ਸੀਗਾ ਉਹਦਾ ਇਸਤੇਮਾਲ ਕਰਕੇ ਕੈਰੀ ਪ੍ਰਾਈਸ ਨੂੰ ਸਕਰੀਨ ਕਰਕੇ ਉਹਨੇ ਨਿਸ਼ਾਨਾ ਲਾਇਆ ਫੇਨੋਫ ਅਤੇ ਫ੍ਰੈਂਸਨ ਨੂੰ ਅਸਿਸਟ ਮਿਲੇ ਹਨ ਜਿੱਥੇ ਕਿ